ਚੰਡੀਗੜ੍ਹ ਵਿੱਚ ਭਿਆਨਕ ਸੜਕ ਹਾਦਸੇ ਵਿੱਚ 14 ਦੀ ਮੌਤ। ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅਤਵਾਦੀ ਹਾਫਿਜ਼ ਸਈਦ ਨੂੰ 10 ਸਾਲ ਦੀ ਸਜ਼ਾ। ਜਲ ਪ੍ਰਤੀਗਿਆ ਪ੍ਰੋਗਰਾਮ ਚ ਮਿਸ਼ਨ ਪਾਣੀ ਮੁਹਿੰਮ ਦਾ ਐਂਥਮ ਸਵੱਛਤਾ ਔਰ ਪਾਣੀ ਲਾਂਚ। ਮਹਿਲਾ ਹੌਲਦਾਰ ਨੇ 3 ਮਹੀਨਿਆਂ ਚ 76 ਗੁਆਚੇ ਬੱਚਿਆਂ ਨੂੰ ਲੱਭਿਆ, ਵਾਰੀ ਤੋਂ ਪਹਿਲਾਂ ਮਿਲੀ ਤਰੱਕੀ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਰੇਲ ਰੋਕਾਂ ਦੇ ਸੰਕਟ ਨੂੰ ਸੁਲਝਾਉਣ ਲਈ ਫਰਾਖ ਦਿਲੀ ਸਿਖਾਉਣ ਤੇ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਅਪੀਲ। ਪੰਜਾਬ ਚ ਯੂਰੀਆ ਸੰਕਟ, ਕਿਸਾਨਾਂ ਦਾ ਹਰਿਆਣਾ ਵੱਲ ਰੁਖ। ਜਨਵਰੀ ਤੋਂ ਕੋਰੋਨਾ ਵੈਕਸੀਨ ਲਗਾਉਣਾ ਸ਼ੁਰੂ ਕਰੇਗਾ ਇਟਲੀ, ਭਾਰਤ ਨੂੰ ਅਪ੍ਰੈਲ ਤੱਕ ਕਰਨਾ ਪਵੇਗਾ ਇੰਤਜ਼ਾਰ। ਭਾਜਪਾ ਆਗੂ ਹਰਜੀਤ ਗਰੇਵਾਲ ਦਾ ਅਕਾਲੀ ਦਲ ਨੇ ਕੀਤਾ ਘਰੋਂ ਫੂਕਿਆ ਪੁਤਲਾ। ਭਾਰਤੀ ਫੌਜ ਚ ਭਰਤੀ ਦੇ ਇੱਛੁਕ ਨੌਜਵਾਨਾਂ ਨੂੰ ਵੱਡੀ ਰਾਹਤ, ਸਰੀਰਕ ਯੋਗਤਾ ਚ ਫਿਰ ਕੀਤੇ ਗਏ ਵੱਡੇ ਬਦਲਾਅ।